ਉਹ ਕੁੜੀ ਮੇਰੇ ਨਾਲ ਗਾ ਸਕਦੀ ਜਿਹਦੀ ਪਾਣ ਦੀ ਬੇਗੀ ਵਰਗੀ ਜੀਵ ਹੋਵੇ ਤੇ ਪੱਤਿਆਂ ਵਿੱਚ ਦੀ ਆਵਾਜ਼ ਲੰਘੇ। ਤੈਨੂੰ ਕਿਹੜੇ ਕੰਜਰ ਨੇ ਕਹਿਤਾ ਕਿਹਦੀ ਜੀਵ ਹੁੰਦੀ ਆ, ਕਿਹੜੀ ਕੁੜੀ ਦੀ ਜੀਵ ਹੁੰਦੀ ਆ ਪਾਣ ਦੀ ਬੇਗੀ ਵਰਗੀ। ਤੇ ਤੂੰ ਜੇ ਤੂੰ ਗਾਉਣਾ ਤਾਂ ਇੱਥੇ ਆ ਜਾ, ਮੈਂ ਕਹਿਣਾ ਗਾ ਤੂੰ ਆ ਪਹੁੰਚ ਤੇ ਗਾਉਣੇ ਆ। ਤੂੰ ਮੈਨੂੰ ਫੋਨ ਹੀ ਕਰ ਲੈਂਦੀ ਫਿਰ ਤੂੰ ਕਹਿੰਦਾ ਮੋਟਰ ਤੇ ਆ ਜਾ, ਮੋਟਰ ਤੇ ਗਾਣੇ ਰਿਕਾਰਡ ਹੁੰਦੇ ਆ, ਉੱਥੇ ਕਿਹੜਾ ਤੇਰਾ ਕੋਕ ਸਟੂਡੀਓ ਖੋਲਿਆ ਵਾ। ਮੈਨੂੰ ਨਹੀਂ ਲੱਗਦਾ ਤੂੰ ਆ ਜਾਏਗੀ, ਲੈ ਤੂੰ ਟਿਕਟ ਕਟਾ ਕੇ ਆ ਸਰੀ ਤੋਂ। ਅੱਗੇ ਅਲੀ ਆਇਆ ਨਹੀਂ, ਜੇ ਅਸੀਂ ਕੈਨੇਡਾ ਵਾਲੇ ਪ੍ਰੋਮਿਸ ਕਰਦੇ ਆ ਨਾ, ਪ੍ਰੋਮਿਸ ਦੇ ਉੱਤੇ ਖਰੇ ਉਤਰਦੇ ਆ ਫਿਰ ਅਸੀਂ। ਅਲੀ ਆਇਆ ਨਾ ਫਿਰ ਥੋੜਾ ਮੋਟਾ ਜਿਹਾ ਭੱਜੇਗਾ, ਹਲੇ ਤੱਕ ਨਹੀਂ ਲੱਭਾ। ਤੂੰ ਟਿਕਟ ਕਟਾ, ਲਾ ਲੱਖ ਡੇਢ ਲੱਖ ਸਰੀ ਤੋਂ ਆ, ਮੇਰੇ ਨਾਲ ਗਾਣਾ ਗਾ, ਦੋ ਤਿੰਨ ਸਾਲ ਗਾ ਮੇਰੇ ਨਾਲ, ਨਾ ਤੈਨੂੰ ਬਿਗ ਬੌਸ ਚ ਭੇਜਿਆ ਤਾਂ ਕਹਿ ਦੀ। ਮੈਂ ਆ ਜਾਣਾ ਭਾ, ਮੇਰਾ 10 ਲੱਖ ਨਾ ਲੱਗ ਜੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਰਾਜ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਜਗਦੀਪ ਰੰਧਾਵਾ ਜੋ ਕਿ ਆਪਣੇ ਗਾਏ ਗਾਣੇ ਮੈਗਜ਼ੀਨ ਤੇ ਗੱਦ ਟਾਗਿਆ ਵਰਗੇ ਗਾਣਿਆਂ ਲਈ ਜਾਣਿਆ ਜਾਂਦਾ ਹੈ, ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਸਾਨਾਂ ਅਤੇ ਸਮਾਜ ਪੱਖੀ ਗੱਲਾਂ ਕਰਨ ਲਈ ਜ਼ਿਆਦਾ ਫੇਮਸ ਹੈ। ਹਾਲ ਹੀ ਦੇ ਵਿੱਚ ਆਪਣੇ ਫੇਸਬੁੱਕ ਪੇਜ ਦੇ ਉੱਤੇ ਲਾਈਵ ਹੋ ਕੇ ਉਸਨੇ ਕਿਹਾ ਸੀ ਕਿ ਮੈਨੂੰ ਇੱਕ ਕੁੜੀ ਚਾਹੀਦੀ ਹੈ ਜਿਸ ਦੀ ਆਵਾਜ਼ ਸੋਹਣੀ ਹੋਵੇ, ਡੂ ਇਟ ਸੌਂਗ ਗਾਉਣ ਲਈ, ਜਿਸ ਨੂੰ ਮੈਂ ਸ਼ਹਿਨਾਜ਼ ਵਾਂਗੂ ਸਿੱਧਾ ਬਿਗ ਬੌਸ ਦੇ ਵਿੱਚ ਭੇਜ ਸਕਦਾ ਹਾਂ। ਜਿਸ ਦੇ ਜਵਾਬ ਵਿੱਚ ਕੈਨੇਡਾ ਦੀ ਕੁੜੀ ਸੈਮੀ ਤਾਲੀਵਾਲ ਨੇ ਵੀਡੀਓ ਬਣਾ ਕੇ ਜਗਦੀਪ ਰੰਧਾਵਾ ਨੂੰ ਭੇਜੀ ਸੀ, ਜਿਸ ਨੂੰ ਜਗਦੀਪ ਰੰਧਾਵਾ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਪੋਸਟ ਕੀਤਾ ਸੀ ਅਤੇ ਕੁਝ ਹੀ ਦੇਰ ਬਾਅਦ ਲਾਈਵ ਹੋ ਕੇ ਉਸ ਦਾ ਜਵਾਬ ਦਿੱਤਾ ਸੀਗਾ। ਪਹਿਲੀ ਕਹਿੰਦੀ ਮੈਨੂੰ ਬਿਗ ਬੌਸ ਚ ਭੇਜ ਦੇ, ਵੀ ਐਂ ਤੈਨੂੰ ਬਿਗ ਬੌਸ ਚ ਕਿਵੇਂ ਭੇਜਦਾ। ਇਹ ਕੁੜੀ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਤੂੰ ਮੈਨੂੰ ਫੋਨ ਕਰ ਲੈਂਦੀ ਬੀਬਾ, ਬੀਬਾ ਤੂੰ ਮੈਨੂੰ ਪਹਿਲਾਂ ਫੋਨ ਕਰਨਾ ਸੀ। ਇਹ ਕੁੜੀ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੂੰ ਚੱਕ ਕੇ ਵੀਡੀਓ ਪਾਤੀ, ਮੈਨੂੰ ਫੋਨ ਕਰਨਾ ਸੀ ਤੇ ਤੂੰ ਜਾਂ ਇੱਥੇ ਆ, ਤੂੰ ਮੇਰੇ ਨਾਲ ਗਾਣਾ ਗਾ ਤੇ ਫਿਰ ਜੇ ਨਾ ਤੈਨੂੰ ਬਿਗ ਬੌਸ ਚ ਭੇਜਿਆ ਤਾਂ ਕਹਿ ਦੀ ਤੂੰ, ਠੀਕ ਆ। ਇਹ ਉੜਦਾ ਉੜਦਾ ਤੀਰ ਮੇਰੇ ਪਿੱਛੇ ਪਾਉਣ ਨੂੰ ਫਿਰਦੀ ਹੈ ਇਹ ਕੁੜੀ। ਸੈਮੀ ਤਾਲੀਵਾਲ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਇੱਕ ਵੀਡੀਓ ਪਾਈ ਹੈ ਜਿਸ ਵਿੱਚ ਉਸਨੇ ਥੋਕਵਾਂ ਜਵਾਬ ਦਿੰਦਿਆਂ ਹੋਇਆ ਜਗਦੀਪ ਰੰਧਾਵਾ ਨੂੰ ਕੀ ਕਿਹਾ, ਇਹ ਤੁਸੀਂ ਖੁਦ ਵੀਡੀਓ ਦੇ ਵਿੱਚ ਦੇਖ ਲਓ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਸੈਮੀ ਤਾਲੀਵਾਲ ਸਰੀ ਤੋਂ ਤੇ ਮੈਂ ਇਹ ਵੀਡੀਓ ਪੋਸਟ ਕਰਨ ਲੱਗੀ ਹਾਂ ਮੱਸੀ ਵਾਲੇ ਦੇ ਲਈ। ਮੇਰੀ ਗੱਲ ਸੁਣੋ ਮੱਸੀ ਵਾਲਿਆ, ਤੂੰ ਆਪਦੇ ਨਾਲ ਜਗਦੀਪ ਰੰਧਾਵਾ ਦੱਸਦਾ, ਤੀਜੇ ਕੁ ਦਿਨ ਤੂੰ ਲਾਈਵ ਹੋ ਜਾਂਦਾ ਮੋਟਰ ਤੇ ਖੜ ਕੇ, ਤੂੰ ਕਦੇ ਕਹਿੰਦਾ ਮੈਂ ਜਗਦੀਪ ਰੰਧਾਵਾ, ਕਦੇ ਮੈਂ ਸੋਡਾ ਰੰਧਾਵਾ, ਨਾ ਤਾਂ ਤੇਰਾ ਮੱਸੀ ਵਾਲਾ, ਲੋਕੀ ਤਾਂ ਸਾਰੇ ਤੈਨੂੰ ਮੱਸੀ ਵਾਲਾ ਕਹਿੰਦੇ ਆ। ਤੂੰ ਕਹਿੰਦਾ ਤੈਨੂੰ ਕੁੜੀ ਚਾਹੀਦੀ ਹੈ ਡੂਟ ਗਾਉਣ ਦੇ ਲਈ, ਜਿਹਦੀ ਕਹਿੰਦਾ ਜੀਵ ਹੋਵੇ ਪਾਣ ਦੀ ਬੇਗੀ ਵਰਗੀ। ਤੈਨੂੰ ਕਿਹੜੇ ਕੰਜਰ ਨੇ ਕਹਿਤਾ ਕਿਹਦੀ ਜੀਵ ਹੁੰਦੀ ਆ, ਕਿਹੜੀ ਕੁੜੀ ਦੀ ਜੀਵ ਹੁੰਦੀ ਆ ਪਾਣ ਦੀ ਬੇਗੀ ਵਰਗੀ। ਫਿਰ ਤੂੰ ਕਹਿੰਦਾ ਮੋਟਰ ਤੇ ਆ ਜਾ, ਮੋਟਰ ਤੇ ਗਾਣੇ ਰਿਕਾਰਡ ਹੁੰਦੇ ਆ, ਉੱਥੇ ਕਿਹੜਾ ਤੇਰਾ ਕੋਕ ਸਟੂਡੀਓ ਖੋਲਿਆ ਵਾ। ਗਾਣੇ ਸਟੂਡੀਓ 'ਚ ਰਿਕਾਰਡ ਹੁੰਦੇ ਕਿ ਗਾਣੇ ਮੋਟਰਾਂ ਦੇ ਰਿਕਾਰਡ ਹੁੰਦੇ ਆ। ਤੂੰ ਫਿਰ ਕਹਿੰਦਾ ਤਿੱਥੋਂ ਆ ਨਹੀਂ ਹੋਣਾ ਬੀਬਾ, ਗੱਲਾਂ ਹੀ ਆ ਤੇਰੀਆਂ। ਅੱਗੇ ਅਲੀ ਆਇਆ ਨਹੀਂ, ਜੇ ਅਸੀਂ ਕੈਨੇਡਾ ਵਾਲੇ ਪ੍ਰੋਮਿਸ ਕਰਦੇ ਆ ਨਾ, ਪ੍ਰੋਮਿਸ ਦੇ ਉੱਤੇ ਖਰੇ ਉਤਰਦੇ ਆ ਫਿਰ ਅਸੀਂ। ਅਲੀ ਆਇਆ ਨਾ ਫਿਰ ਥੋੜਾ ਮੋਟਾ ਜਿਹਾ ਭੱਜੇਗਾ, ਹਲੇ ਤੱਕ ਨਹੀਂ ਲੱਭਾ। ਮੈਂ ਆ ਜਾਣਾ ਭਾ, ਮੇਰਾ 10 ਲੱਖ ਨਾ ਲੱਗ ਜੇ। ਆ ਜਿਹੜੀ ਤੇਰੀ ਟੈਂਡ ਫੋੜੀ ਜਾ ਨਾ ਮੋਟਰ ਤੋਂ, ਮੈਂ ਵੀ ਚੁਕਾ ਕੇ ਛੱਡੂ, ਮੈਨੂੰ ਵੀ ਸਹਿਮੀ ਨਾ ਕਹੀ। ਜੇ ਤੇ ਇੱਥੋਂ 4 ਮਾਣ ਝੋਨਾ ਵੱਢ ਹੁੰਦਾ ਨਾ, ਵੱਢ ਲਾ ਆਉਣ ਤੋਂ ਪਹਿਲਾਂ ਪਹਿਲਾਂ। ਓਕੇ ਬਾਏ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਹਰ ਕੋਈ ਹੌਲੀ ਹੌਲੀ ਕੰਟਰੋਵਰਸੀਜ਼ ਦੇ ਵਿੱਚ ਵੜਦਾ ਜਾ ਰਿਹਾ ਹੈ, ਭਾਵੇਂ ਉਹ ਜਗਦੀਪ ਰੰਧਾਵਾ ਹੈ, ਅਰਸ਼ ਬੇਨੀਪਾਲ ਹੈ ਜਾਂ ਕੋਈ ਹੋਰ ਸਿੰਗਰ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਾਡੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।